ਜਿਵੇਂ ਜਿਵੇਂ 2017 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਉਵੇਂ ਉਵੇਂ ਹੀ ਹਰ ਇੱਕ ਪਾਰਟੀ ਵੱਲੋਂ ਇਸ਼ਤਿਹਾਰਾਂ ਦਾ ਸਹਾਰਾ ਵੀ ਵੱਡੇ ਪੱਧਰ ਤੇ ਲਿਆ ਜਾ ਰਿਹਾ ਤਾਂ ਕਿ ਉਹ ਆਪਣੇ ਵੱਲ ਲੋਕਾਂ ਦਾ ਧਿਆਨ ਖਿੱਚ ਸਕਣ। ਪਰ ਕਈ ਵਾਰ ਫਿਲਮੀ ਨਾਟਕਾਂ ਦੀ ਤਰ੍ਹਾਂ ਇਹ ਇਸ਼ਤਿਹਾਰ ਵੀ ਕਾਲਪਨਿਕ ਹੀ ਨਿਕਲਦੇ ਨੇ। ਤਾਜ਼ਾ ਮਾਮਲਾ ਫਰੀਦਕੋਟ ਦਾ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਸਰਕਾਰੀ ਇਸ਼ਤਿਹਾਰਾਂ ਵਿੱਚ ਵੀ ਅਜਿਹਾ ਕੁਝ ਹੋ ਸਕਦਾ। ਜੀ ਹਾਂ, ਮਾਮਲਾ ਹੈ ਫਰੀਦਕੋਟ ਦਾ, ਜਿੱਥੋਂ ਦੇ ਪਿੰਡ ਕਲੇਰ ਦੇ ਇੱਕ ਬਜ਼ੁਰਗ ਸ਼ੈਲਾ ਸਿੰਘ ਦੀ ਫੋਟੋ ਪੈਨਸ਼ਨ ਦੇ ਸਰਕਾਰੀ ਇਸ਼ਤਿਹਾਰਾਂ ਵਿੱਚ ਪ੍ਰਯੋਗ ਕੀਤੀ ਗਈ ਹੈ। ਅਸਲ ਵਿੱਚ ਪੰਜਾਬ ਸਰਕਾਰ ਦੇ ਇਸ ਇਸ਼ਤਿਹਾਰ ਵਿੱਚ 9 ਸਾਲ ਪੰਜਾਬ ਸਰਕਾਰ ਦੇ ਵਿਕਾਸ ਵਿੱਚ ਇਸ ਬਜ਼ੁਰਗ ਨੂੰ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਪੈਨਸ਼ਨ ਦਾ ਜ਼ਿਕਰ ਕੀਤਾ ਗਿਆ। ਪਰ ਜਦ ਬਜ਼ੁਰਗ ਸ਼ੈਲਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਪੈਨਸ਼ਨ ਲੈਣ ਲਈ ਖੱਜਲ ਖੁਆਰ ਹੋ ਰਿਹਾ। ਹੁਣ ਤਾਂ ਬਸ ਸ਼ੈਲਾ ਸਿੰਘ ਦਾ ਇਹੀ ਕਹਿਣਾ ਕਿ ਮੈਨੂੰ ਫੋਟੋਆਂ ਦੀ ਲੋੜ ਨਹੀਂ, ਮੈਨੂੰ ਤਾਂ ਬਸ ਮੇਰੀ ਪੈਨਸ਼ਨ ਦਵਾ ਦਿਓ। ਬੈਠਿਆ ਬੂਠਿਆ ਕਿਤੇ ਫੋਟੋ ਇੱਥੇ ਸਕੂਲ 'ਤੇ ਬਹਿੰਦੇ ਹਾਂ, ਧਰਮ ਉੱਥੇ ਪੰਚਾਇਤ 'ਚ ਬਹਿੰਦੇ ਹਾਂ, ਅਤੇ ਉੱਥੋਂ ਕਿਤੇ ਜਾਉੜੀ ਨਹੀਂ ਜੀ। ਕਿੰਨਾ ਸਮਾਂ ਹੋ ਗਿਆ? ਹੋ ਗਿਆ ਜੀ 10 ਸਾਲ, ਕਹਿੰਦੇ ਉਹਨੂੰ ਪੈਨਸ਼ਨ ਲਾ ਦਿਓ, ਨਹੀਂ ਲੱਗੀ। ਤੁਸੀਂ ਕਿਸੇ ਦਫ਼ਤਰ ਜਾਂ ਸਰਪੰਚ ਨੂੰ ਗੱਲਬਾਤ ਕੀਤੀ? ਨਹੀਂ ਜੀ, ਸਰਪੰਚ ਨੂੰ ਆਉਂਦੇ ਰਹੇ, ਅਸੀਂ ਤਾਂ ਐਵੇਂ ਆਖਦੀ ਉਹ ਆਉਂਦੇ ਲਵਾ ਦਿਆਂਗੇ ਲਵਾ ਦਿਆਂਗੇ। ਤੁਹਾਡੀ ਕੀ ਮੰਗ ਕਰਦੇ ਹੋ ਤੁਸੀਂ? ਪੈਨਸ਼ਨ ਲੱਗ ਜੀ ਸਾਡੀ ਦੋ ਜੀਆਂ ਦੀ, ਫੋਟੋ ਲਾਈ ਜਾਂਦੇ ਹਾਂ ਅਤੇ ਪੈਨਸ਼ਨ ਲਾਈ ਨਹੀਂ ਜੀ ਤੁਸੀਂ। ਅੱਜ ਜਦੋਂ ਅਸੀਂ ਅਖਬਾਰ ਦਾ ਇਸ਼ਤਿਹਾਰ ਦੇਖਿਆ, ਪੰਜਾਬ ਸਰਕਾਰ ਨੇ ਆਪਦੇ 9 ਸਾਲਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਦੱਸੀਆਂ, ਤਾਂ ਜਦੋਂ ਮੈਂ ਇਸ਼ਤਿਹਾਰ ਦੇਖ ਰਿਹਾ ਸੀ ਤਾਂ ਦੇਖੀ ਫੋਟੋ ਕਿ ਅਕਸਰ ਕਲੇਰ ਪਿੰਡ ਆਉਂਦੇ ਜਾਂਦੇ ਰਹੀਦਾ ਹੈ, ਮੇਰਾ ਵਿਧਾਨ ਸਭਾ ਹਲਕੇ ਦਾ ਕਲੇਰ ਪਿੰਡ ਹੈ, ਤਾਂ ਮੈਂ ਦੇਖਿਆ ਕਿ ਇਹ ਤਾਂ ਬਜ਼ੁਰਗ ਸ਼ੈਲਾ ਸਿੰਘ ਦੀ ਫੋਟੋ ਹੈ। ਤਾਂ ਜਦੋਂ ਇਹਨਾਂ ਨੂੰ ਆ ਕੇ ਪੁੱਛਿਆ ਕਿ ਤੁਹਾਡੀ ਬਜ਼ੁਰਗੋਂ ਪੈਨਸ਼ਨ ਲੱਗੀ ਹੈ, ਤਾਂ ਇਹਨਾਂ ਨੇ ਦੱਸਿਆ ਕਿ ਮੇਰੀ ਅੱਜ ਤੱਕ ਕੋਈ ਪੈਨਸ਼ਨ ਨਹੀਂ ਲੱਗੀ, ਮੈਂ ਬਹੁਤ ਜਿਹੜਾ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦਾ ਰਿਹਾ, ਪੰਚਾਇਤ ਨੂੰ ਕਹਿੰਦਾ ਰਿਹਾ, ਮੇਰੀ ਅੱਜ ਤੱਕ ਕਿਸੇ ਨੇ ਪੈਨਸ਼ਨ ਨਹੀਂ ਲਾਈ। ਤਾਂ ਮੈਂ ਦੱਸਣਾ ਚਾਹੁੰਦਾ ਹਾਂ ਔਰ ਕਹਿਣਾ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਜਿਹੜੀ ਵੱਡੇ ਵੱਡੇ ਇਸ਼ਤਿਹਾਰ ਦੇ ਜਿਹੜੀ ਲਾ ਰਹੀ ਹੈ, ਕਰੋੜਾਂ ਰੁਪਈਆ ਇਸ਼ਤਿਹਾਰਾਂ 'ਤੇ ਖਰਚ ਰਹੀ ਹੈ, ਔਰ ਅੱਜ ਜਿਹੜਾ ਸਰਕਾਰ ਦਾ ਬਹੁਤ ਵੱਡਾ ਝੂਠ ਸਾਬਤ ਹੋਇਆ ਹੈ, ਇਸ ਕਲੇਰ ਪਿੰਡਾ ਬਜ਼ੁਰਗ ਕੋਲ ਸਾਡੇ ਬੈਠੇ ਨੇ ਕਿ ਜਿਨ੍ਹਾਂ ਨੂੰ 1 ਰੁਪਈਆ ਵੀ ਅੱਜ ਤੱਕ ਪੈਨਸ਼ਨ ਨਹੀਂ ਮਿਲੀ, ਔਰ ਜਿਹੜਾ ਇਹਨਾਂ ਨੇ ਏਡਾ ਵੱਡਾ ਫਰੋਡ ਕੀਤਾ ਹੈ, ਮੈਂ ਸਮਝਦਾ ਕਿ ਹੋਰ ਇਹ ਕਿੱਡੇ ਵੱਡੇ ਇਸ਼ਤਿਹਾਰ ਲਾ ਕੇ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਰਹੇ ਹੈ, ਐਡੇ ਝੂਠੇ ਇਸ਼ਤਿਹਾਰ ਲਾ ਕੇ ਜਿਹੜੇ ਇਨਸਾਨ ਨੂੰ 1 ਰੁਪਈਆ ਪੈਨਸ਼ਨ ਤੱਕ ਨਹੀਂ ਹਾਲ ਤੱਕ ਦਿੱਤੀ, ਉਹਨਾਂ ਦੀ ਫੋਟੋ ਵੀ ਲਾ ਰਹੇ ਨੇ, ਹੋਰ ਬਾਕੀ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹਨਾਂ ਦੀਆਂ ਕਿੱਡੀਆਂ ਵੱਡੇ ਝੂਠ ਨਿਕਲਣਗੇ, ਤੁਸੀਂ ਸਾਰੇ ਜਾਣਦੇ ਹੋ। ਇਹ ਫੋਟੋ ਜੀ ਕਹਿੰਦੇ ਉਹਨਾਂ ਨੇ ਜੋ ਪੰਜਾਬ ਸਰਕਾਰ ਝੂਠ ਦੇ ਬੁਲੰਦੇ ਕਰ ਰਹੀ ਆ, ਇਸ਼ਤਿਹਾਰ ਵੱਡੇ ਵੱਡੇ ਦੇ ਰਹੀ ਆ, ਅਤੇ ਅਸੀਂ ਫਲਾਣੇ ਦੀ ਪੈਨਸ਼ਨ ਲਵਾ ਤੀ, ਫਲਾਣੇ ਦੀਆਂ ਕੁੜੀਆਂ ਨੂੰ ਸਾਈਕਲ ਦੇ ਤੇ, ਇਹ ਇਕੱਲੀਆਂ ਇਸ਼ਤਿਹਾਰਾਂ ਤਾਂ ਹੀ ਸੀਮਤ ਆ ਜੀ, ਕਿਸੇ ਤਾਂ ਹੀ ਕੋਈ ਉਹਨਾਂ ਦੀ ਸਹੂਲਤ ਨਹੀਂ ਪਹੁੰਚ ਰਹੀ। ਅੱਜ ਆ ਜੋ ਮੇਰੇ ਪਿੰਡ ਦੇ ਬਜ਼ੁਰਗ ਦੀ ਫੋਟੋ ਲਾਈ ਆ ਇਹਨਾਂ ਨੇ, ਇਹ ਬਜ਼ੁਰਗ ਨਾਲ ਮੈਂ ਆਪ ਫਾਰਮ ਭਰ ਕੇ ਪੰਚਾਇਤ ਦੇ ਰਾਹੀਂ ਅਤੇ ਦਫ਼ਤਰਾਂ ਦੇ ਵਿੱਚ ਧੱਕੇ ਖਾਂਦਾ ਰਿਹਾ, ਪਰ ਉਹਨਾਂ ਨੇ ਪੈਨਸ਼ਨ ਨਹੀਂ ਲਾਈ ਗਈ। ਤਾਂ ਇਹਦੇ ਵਿੱਚ ਇਸ਼ਤਿਹਾਰ ਦੇ ਕੇ ਉਹਨਾਂ ਨੇ ਲੋਕਾਂ ਨੂੰ ਕਿਉਂ ਇਹਦੀਆਂ ਜਿਹੜੀਆਂ ਗੁੰਮਰਾਹ ਕਰ ਰਹੇ ਆ, ਅਸੀਂ ਆਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ, ਕਰਨਾ ਤਾਂ ਕੋਈ ਕਹਿੰਦੇ ਸਿੱਧੀ ਪੈਨਸ਼ਨ ਦੇਣ, ਇਸ਼ਤਿਹਾਰਾਂ 'ਚ ਕਿਉਂ ਪੈਸੇ ਖਰਚ ਕਰ ਰਹੇ ਆ ਇਹ। ਇਸ ਦੇ ਨਾਲ ਹੀ ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਸਰਕਾਰੀ ਇਸ਼ਤਿਹਾਰਾਂ ਦਾ ਸੱਚ ਵੀ ਲੋਕਾਂ ਦੇ ਸਾਹਮਣੇ ਖੁੱਲ੍ਹ ਕੇ ਆ ਗਿਆ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਰਿਪੋਰਟ, ਪੈਰੇਦਾ TV।